सब तो जरूरी है कि
जो मर्जी रखते हुए जिहड़ी सरकार है मौके की एक मां बाप का रोल अदा करती है। लोगों ने सरकार चुनी आ वोटा किसी ने किसी पातियां जिहड़ी सरकार बन गई है उसकी ड्यूटी बनती है लोगों नूं सुख सहूलत देनिया। सरकार की ड्यूटी यह नहीं बनती है जो भगवंत मान बोलता हों लोग सभा उदो कहता टीचर से डांगा पैनिया उदो कहता मैं ऐसा का राज देवगा जिथे कोई धरना मुजहरा नहीं करेगा। पर अफसोस की गल है उन्होंने कुर्बानिया तो बाद इन सरकार तो बाद कि लोगों का तशद्दुद होया अज भी एक पानी की टिप लई आपां लड़ रहे हैं। असी उन्होंने जात पत्र देने वास्ते आए थे पर डिप्टी स्पीकर साहब ने जात पत्र लैन नहीं जाए सानू कुछ सदी करा रहे मंगा के प्रति उल्टा साडे साथियों डराना धमकाना शुरू करता जिस करके असी उहदे रोस वजो उन्हां दी कोठी अगे सड़क लाके जाम लाके बैठे जदों तक एडमिनिस्ट्रेशन आके साडा गलबात नहीं करदी उदों तक साडा धरना ठीक नहीं होगा। एक साबण फैक्ट्री लगी है साबण फैक्ट्री नूं प्रदूषण बनाया लोगों का जीना उत्थे मुश्किल होया है ते लगातार नशे बिक रहे है नशे इन्हां दी शहरां ते बिक रहे है राजनीतिक लोगों की शहर बिक रहा है उल्टा लोगों नूं इह कहा जा रहा कि नशे तुसीं बेचदे है इस करके उन्होंने गलों से तकरार होया। सड़क का यह कह रहे भी अजक लुक नहीं पाई जा सकती साडा यह जब तक लुक नहीं पैंदी कोई टोए पै टोए पीओ उन्होंने गलों का जवाब उन्होंने कोई नहीं सीगा वह कह चाहे दबके मारना पे धमकियां देने पे जिसे करके साडे अंदर रोस है ता करके धरना लाया। राम जी दास चौहान प्रेस सकत्तर बीत भलाई कमेटी असी बीत भलाई कमेटी वालों अलीके प्रोग्राम के मुताबिक अज बिजली दफ्तर बिजली के कट्टा नूं लैके धरना देण उपरांत डिप्टी स्पीकर नूं पहलां दित्ते हुए मंग पत्रां ते जात पत्र देण लई इत्थे पहुंचे सीगे पर डिप्टी स्पीकर दा जो बीत के लोगों प्रति वतीरा वह बड़ा निंदण योग वतीरा है वह वतीरा लोगों जिहड़ा अज लोगों के नाल साडे एमएलए ने साडे डिप्टी स्पीकर ने व्यवहार किया कि महंगा पऊगा लाजमी लोग असीं पहलां भी कहिंदे सीगे जे मंगा ना मनिया तां लोग सड़कां ते फेरनगे हुण जे इदां दा वतीरा रख्या तां लोक तां लै के आए सी सरकार बदलाव दे नां ते भी इह बदलाव करूगी विकास करूगी पर इह पहलियां सरकारां दे नाल भी उत्थे राहे पई है डिक्टेटरशिप दा वतीरा अख्तियार कीता असीं जे डिप्टी
ਸਕੱਤਰ ਸਾਹਿਬ ਨੇ ਸਰਕਾਰ ਨੇ ਲੋਕਾਂ ਦੀਆਂ ਮੰਗਾਂ ਦਾ ਕੋਈ ਹੱਲ ਨਾ ਕੀਤਾ ਤਾਂ ਲਾਜ਼ਮੀ ਤੌਰ ਤੇ ਬੀਤ ਚ ਇਲਾਕੇ ਚ ਚੜ੍ਹਨਾ ਵੜਨਾ ਔਖਾ ਕਰ ਦਾਂਗੇ ਸਰਕਾਰ ਦੇ ਪੈਰਾਂ ਥੱਲੇ ਅੱਗ ਰੱਖ ਦਾਂਗੇ ਜੇ ਸਰਕਾਰ ਨੂੰ ਭੁਲੇਖਾ ਹੋਵੇ ਤੇ ਅਸੀਂ ਲੋਕਾਂ ਨੂੰ ਮਿਸਗਾਈਡ ਕਰਕੇ ਕਈ ਤਰ੍ਹਾਂ ਦੇ ਸੌਜ ਬਾਗ ਦਿਖਾਏ ਸੜਕਾਂ ਦੇ ਨਾਂ ਤੇ ਹਸਪਤਾਲਾਂ ਦੇ ਨਾਂ ਤੇ ਪਰ ਲਗਾਤਾਰ ਲੋਕਾਂ ਨੂੰ ਅੱਜ ਇੱਕ ਸਾਲ ਲਗਭਗ ਹੋ ਗਿਆ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਸਗੋਂ ਲੋਕਾਂ ਨੂੰ ਝੂਠੇ ਲਾਰੇ ਲਾਏ ਜਾ ਰਹੇ ਹਨ ਬੀਜ ਭਲਾਈ ਕਮੇਟੀ ਬੀਜ ਦੇ ਲੋਕਾਂ ਨੂੰ ਸਮੁੱਚੇ ਗੜ੍ਹਚੰਦਰ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਨਾਲ ਲੈ ਕੇ ਤਕੜੀ ਲੜਾਈ ਲੜੇਗੀ ਜਿਹੜੀ ਕਿ ਸਰਕਾਰ ਨੂੰ ਸਾਹਮਣੇ ਆਉਂਦੀ ਹੋਈ ਹੈ ਜਿੰਨੇ ਵੀ ਸਾਥੀ ਆਏ ਸੀ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕੀਤੀ ਕਿ ਤੁਸੀਂ ਦਫ਼ਤਰ ਦੇ ਅੰਦਰ ਆ ਕੇ ਬੈਠੋ ਚਾਹ ਪਾਣੀ ਤੁਹਾਡੇ ਲਈ ਤਿਆਰ ਹੈ ਕੁਰਸੀਆਂ ਲੱਗੀਆਂ ਜਿਹੜੀਆਂ ਵੀ ਤੁਹਾਡੀਆਂ ਮੁਸ਼ਕਲਾਂ ਹੈ ਉਹ ਅਸੀਂ ਬੈਠ ਕੇ ਡਿਸਕਸ ਕਰਦੇ ਹਾਂ ਔਰ ਉਹਨਾਂ ਦੇ ਉੱਤੇ ਸਾਡਾ ਕੀ ਜਵਾਬ ਹੈ ਤੁਸੀਂ ਸਾਰਾ ਕਲੀਅਰ ਕਰੋ ਕਿਉਂਕਿ ਜਿਹੜੇ ਨਾਲ ਸਾਥੀ ਆਏ ਆ ਉਹਨਾਂ ਨੂੰ ਗੁੰਮਰਾਹ ਨਾ ਕਰੋ ਕਿਉਂਕਿ ਸਭ ਤੋਂ ਵੱਡੀ ਗੱਲ ਇਸ਼ੂ ਜਿਹੜਾ ਸੀਗਾ ਦੋ ਇਸ਼ੂ ਉਹਨਾਂ ਨੇ ਦੱਸੇ ਨੇ ਇੱਕ ਫੈਕਟਰੀ ਵਾਲਾ ਅਤੇ ਨਾਲ ਜਿਹੜਾ ਇੱਕ ਨੰਗਲ ਰੋਡ ਦਾ ਉਹਨੂੰ ਦੱਸਿਆ ਕਿ ਨੰਗਲ ਰੋਡ ਦਾ ਟੈਂਡਰ ਲੱਗ ਚੁੱਕਾ ਹੈ ਔਰ ਮੈਂ ਸਾਰੇ ਸਾਥੀਆਂ ਨੂੰ ਇੱਕੋ ਹੀ ਬੇਨਤੀ ਕੀਤੀ ਕਿ ਤੁਸੀਂ ਕਲੀਅਰ ਕਰੋ ਕਿ ਇਸ ਮਹੀਨੇ ਦੇ ਵਿੱਚ ਲੁੱਕ ਪਾਈ ਜਾ ਸਕਦੀ ਹੈ ਕਿਉਂਕਿ ਜਿਹੜਾ ਲੁੱਕ ਪਾਉਣ ਦਾ ਸੀਜ਼ਨ ਹੈ ਉਹ ਗਰਮ ਹੋ ਕੇ ਲੁੱਕ ਪੈਣੀ ਹੈ ਔਰ ਮਾਰਚ ਤੋਂ ਪਹਿਲਾਂ ਨਹੀਂ ਪੈ ਸਕਦੀ ਕਹਿੰਦੇ ਟੈਂਡਰ ਨਹੀਂ ਲੱਗਾ ਮੈਂ ਕਿਹਾ ਟੈਂਡਰ ਦੀਆਂ ਕਾਪੀਆਂ ਦੇ ਦਿੰਦੇ ਹਾਂ ਦੂਸਰਾ ਇਸ਼ੂ ਉਹਨਾਂ ਦਾ ਇਹ ਸੀ ਮੈਂ ਕਿਹਾ ਦੇਖੋ ਜਿਹੜੀ ਫੈਕਟਰੀ ਹੈ ਉਹਦੇ ਸੰਬੰਧਿਤ ਜਿਹੜੇ ਲੋਕਾਂ ਨੂੰ ਕੋਈ ਇਤਰਾਜ਼ ਨੇ ਔਰ ਪੰਜਾਬ ਸਰਕਾਰ ਵੱਲੋਂ ਜੋ ਜੋ ਇੰਸਟਰਕਸ਼ਨਸ ਹੋ ਸਕਦੀਆਂ ਸੀ ਉਹ ਸਾਰੀਆਂ ਅਸੀਂ ਜਿਹੜੀਆਂ ਲਿਖਤੀ ਤੌਰ 'ਤੇ ਹਿਮਾਚਲ ਗੌਰਮੈਂਟ ਨੂੰ ਭੇਜ ਦਿੱਤੀਆਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਆਪਾਂ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਚਲੋ ਹਿਮਾਚਲ ਚੱਲਦੇ ਹਾਂ ਜਿੱਥੇ ਉਹ ਫੈਕਟਰੀ ਹੈਗੀ ਉਹਦੇ ਨਾਲ ਪ੍ਰੋਟੈਸਟ ਕਰਦੇ ਹਾਂ ਉੱਥੋਂ ਦੀ ਸਰਕਾਰ ਨੂੰ ਘੇਰਦੇ ਹਾਂ ਮੈਂ ਤੁਹਾਡੇ ਨਾਲ ਚੱਲਦਾ ਅਤੇ ਉਹ ਕਹਿੰਦੇ ਨੇ ਜੀ ਉੱਧਰ ਕਾਂਗਰਸ ਦੀ ਸਰਕਾਰ ਹੈ ਅਸੀਂ ਤੁਸੀਂ ਸਾਡਾ ਮਸਲਾ ਹੱਲ ਕਰੋ ਕਿਉਂਕਿ ਪੋਲਿਊਸ਼ਨ ਸਾਨੂੰ ਲੱਗਦਾ ਉਸ ਫੈਕਟਰੀ ਦਾ ਨਹੀਂ ਹੁਣ ਫੈਕਟਰੀ ਜਿਹੜੀ ਹਿਮਾਚਲ 'ਚ ਹੈ ਪੰਜਾਬ ਸਰਕਾਰ ਜੋ ਆਪਣੇ ਵੱਲੋਂ ਕਰ ਸਕਦੀ ਹੈ ਉਹ ਅਸੀਂ ਕਰ ਦਿੱਤਾ ਔਰ ਜਦੋਂ ਉੱਥੇ ਜਾਣ ਦੀ ਲੋੜ ਪਈ ਤਾਂ ਸਭ ਤੋਂ ਪਹਿਲਾਂ ਆਪਾਂ ਜਾਵਾਂਗੇ ਪਰ ਇਹਨਾਂ ਦੇ ਵਿੱਚੋਂ ਕੁਝ ਪੋਲੀਟੀਕਲ ਪਾਰਟੀਆਂ ਦੇ ਬੰਦੇ ਨੇ ਜਿਹੜੇ ਕਿ ਆਮ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਔਰ ਆਮ ਲੋਕਾਂ ਨੂੰ ਗੁੰਮਰਾਹ ਨਹੀਂ ਹੋਣ ਦਿਆਂਗੇ ਸਾਰੀ ਜਿਹੜੀ ਗੱਲ ਇਹਨਾਂ ਦਾ ਚਿੱਠਾ ਜਿਹੜਾ ਅਸੀਂ ਬਾਹਰ ਖੋਲ੍ਹਾਂਗੇ।